ਅੱਜ ਤੁਹਾਨੂੰ ਫਰੂਟ ਕੇਕ ਤੇ ਐਗ ਨੂ ਖਵਾਣਾ ਮਾਸ਼ਾਅੱਲਾ ਜੀ ਬੜੀ ਅੱਛੀ ਗੱਲ ਹੈ ਕਿ ਫਰੂਟ ਕੇਕ ਤੇ ਖੁਸ਼ੀ ਦੇ ਮੌਕੇ ਉੱਤੇ ਤੇ ਹੋਰ ਹੀ ਖੁਸ਼ੀ ਨੂੰ ਡਬਲ ਕਰ ਦਿੰਦਾ ਹੈ ਐਗ ਨੂ ਮੈਂ ਜ਼ਰੂਰ ਚੈੱਕ ਕਰਾਂਗਾ ਮੈਨੂੰ ਤਾਂ ਮਜ਼ਾ ਆ ਰਿਹਾ ਕਿ ਮੈਨੂੰ ਆਪਣੇ 5 ਦਸੰਬਰ ਦੀ ਯਾਦ ਆ ਰਹੀ ਹੈ ਜਲਦੀ ਨਾਲ ਕਰ ਲੈਂਦੇ ਹਾਂ ਜੀ ਚੈੱਕ ਉਹਨੂੰ ਕਿਆ ਖੂਬਸੂਰਤ ਚੀਜ਼ਾਂ ਮਾਈਆਂ ਯਾਰ ਕਮਾਲ ਹੈ ਬਾਕੀ ਐਸੇ ਤਿਉਹਾਰ ਦੇ ਉੱਤੇ 5 ਦਸੰਬਰ 'ਤੇ ਐਸੇ ਨੇ ਚੀਜ਼ਾਂ ਮਜ਼ਾ ਦਿੰਦੀਆਂ ਨੇ ਕਿਉਂਕਿ ਮਿੱਠਾ ਜਿਹੜਾ ਨਾ ਇੱਕ ਦੂਸਰੇ ਨੂੰ ਮਿਲਾਉਂਦਾ ਇਹ ਬਦਾਮ ਲੱਗੇ ਹੋਏ ਨੇ ਇਹਦੇ 'ਚ ਮਾਸ਼ਾਅੱਲਾ ਅਖਰੋਟ ਲੱਗੇ ਹੋਏ ਨੇ ਇਹ ਸਫੈਦ ਦੀ ਚੀਜ਼ ਨਹੀਂ ਸਮਝ ਆ ਰਹੀ ਕੀ ਲੱਗੀ ਹੋਈ ਕਾਜੂ ਅੱਛਾ ਕਾਜੂ ਇਹ ਜਿਹੜੇ ਨੇ ਇਹ ਖਾਂਦੇ ਨੇ ਉੱਥੇ ਕ੍ਰਿਸਮਿਸ ਨੂੰ ਕਿਆ ਬਾਤ ਹੈ ਠੰਡ ਤਾਂ ਖੂਬ ਹੁੰਦੀ ਹੋਏਗੀ ਕ੍ਰਿਸਮਿਸ 'ਤੇ ਬਰਫਾਂ ਜੰਮੀਆਂ ਹੁੰਦੀਆਂ ਹੋਣਗੀਆਂ ਪਿਸਤੇ ਬਦਾਮ ਗਿਰੀਆਂ ਸ਼ਾਹ ਜੀ ਇਹ ਗਲਾਸ ਵਿੱਚ ਕੀ ਹੈ ਇਹਨੂੰ ਕਹਿੰਦੇ ਨੇ ਐਗ ਨੋਗ ਐਗ ਨੋਗ ਇਹ ਦੁੱਧ ਤੇ ਅੰਡੇ ਦੀ ਬਣਦੀ ਹੈ ਐਗ ਨੋਗ ਅੰਡੇ ਤੇ ਦੁੱਧ ਦਾ ਯਾਦ ਆ ਗਈ 5 ਦਸੰਬਰ ਦੀ ਮੈਨੂੰ ਆਪਣੀ ਮਜ਼ਾ ਆ ਰਿਹਾ ਬਹੁਤ ਕਿਉਂਕਿ ਸਾਲ ਬਾਅਦ ਚੀਜ਼ਾਂ ਖਾਣ ਨੂੰ ਘਰ ਦੀਆਂ ਨਸੀਬ ਹੁੰਦੀਆਂ ਨੇ ਅਤੇ ਮਜ਼ਾ ਆ ਰਿਹਾ ਬਹੁਤ ਚੀਜ਼ਾਂ ਖਾਣ ਦਾ ਅਤੇ ਇਹ ਜਿਹੜਾ ਨਾ ਜੀ ਇਹ ਜਦੋਂ ਬੰਦਾ ਹੋ ਜਾਂਦਾ ਨਾ 40 ਸਾਲ ਤੋਂ ਟੱਪ ਜਾਵੇ ਫਿਰ ਤਾਂ ਉਹਦੇ ਲਈ ਬੜੀ ਬਲਾ ਚੀਜ਼ ਹੈ ਅਤੇ ਉਸ ਤੋਂ ਪਹਿਲੇ ਤਾਂ ਮਾਂ ਦੇ ਦੁੱਧ ਦੀ ਤਾਕਤ ਹੁੰਦੀ ਉਹ ਹੀ ਨਹੀਂ ਖਤਮ ਹੁੰਦੀ ਬਹੁਤ ਅੱਛਾ ਇਹ ਤਾਂ ਮੇਰਾ ਅਗਲਾ ਵੀ ਜ਼ਾਇਕਾ ਖਰਾਬ ਕਰ ਦਿੱਤਾ ਹੈ ਕੀ ਚੀਜ਼ ਬਣਾਈ ਹੈ ਚੈੱਕ ਕਰਕੇ ਦੇਖੀਏ ਹੁਣ ਚੀਜ਼ਾਂ ਨੂੰ ਜੀ ਕਿਆ ਬਾਤ ਹੈ ਅਤੇ ਦਰਦਰ ਤੇ ਦੇਖੋ ਤਰਾ ਸਾਡੇ ਮੁਸਲਮਾਨਾਂ ਦੀ ਈਦ ਸੀਵਿਆਂ 'ਤੇ ਮਨਾਈ ਜਾਂਦੀ ਹੈ ਉਹਨਾਂ ਦੀ ਕ੍ਰਿਸਮਿਸ ਈਦ ਬਦਾਮਾਂ ਪਿਸਤਿਆਂ ਦੇ ਕੇਕ 'ਤੇ ਮਨਾਈ ਜਾਂਦੀ ਹੈ ਇਹਦੇ ਨਾਲ ਅੱਛੇ ਮੈਨੂੰ ਚਾਹ ਦੇਣ ਦੇ ਤਾਂ ਮੈਨੂੰ ਬਹੁਤਾ ਹੀ ਮਜ਼ਾ ਆ ਰਿਹਾ ਸੀ ਮੈਂ ਬਹੁਤ ਖੁਸ਼ ਹੋ ਜਾਣਾ ਸੀ ਇਹ ਪਤਾ ਨਹੀਂ ਕਿਵੇਂ ਪੀ ਲੈਂਦੇ ਨੇ ਯਾਰ ਹੈ ਕੀ ਨਾਂ ਦੱਸੇ ਇਹਦਾ ਇਗਨੋਰ ਕਰ ਦਿਓ ਮੈਨੂੰ ਅਸੀਂ ਜਨਾਬ ਇਹ ਗੱਲ ਹੈ ਕਿ ਚਾਹ ਤਾਂ ਠੀਕ ਹੈ ਦੇਖ ਇਹ ਮੈਂ ਪਹਿਲੀ ਦਫ਼ਾ ਪੀ ਰਿਹਾ ਤੁਸੀਂ ਖਾਓਗੇ ਨਹੀਂ ਚਲੋ ਜੀ ਅਤੇ ਮੈਨੂੰ ਇੰਨਾ ਜ਼ਾਇਕਾ ਅੱਛਾ ਲੱਗਾ ਹੈ ਤਾਂ ਵਾਸਤੇ ਜਨਾਬ ਮੈਂ ਇਹਦੇ ਵਾਸਤੇ ਇਹ ਖਾ ਰਿਹਾ ਅਗਰ ਚਾਹ ਵੀ ਹੁੰਦੀ ਤਾਂ ਮੋਸਟ ਵੈਲਕਮ ਕਿਸੇ ਮਹਿਮਾਨ ਦੇ ਅੱਗੇ ਰੱਖਿਆ ਜਾਵੇ ਉਹ ਮਹਿਮਾਨ ਇੰਨਾ ਕੁ ਖੁਸ਼ ਹੋਏਗਾ ਨਾ ਯਾਰ ਇਹਨੇ ਮੇਰੀ ਇੰਨੀ ਇੱਜ਼ਤ ਕੀਤੀ ਇੰਨਾ ਪਿਆਰ ਕਰਦਾ ਮੇਰੇ ਨਾਲ ਇਹ ਚੀਜ਼ਾਂ ਮਜ਼ੇਦਾਰ ਨੇ ਮਜ਼ਾ ਆ ਰਿਹਾ ਖਾਣ ਦਾ ਲੇਕਿਨ ਇਹ ਨਹੀਂ ਮਜ਼ਾ ਆ ਰਿਹਾ ਇਹ ਇਗਨੋਰ ਤਾਂ ਖਾ ਰਹੇ ਅਤੇ ਚਾਹ ਹੁੰਦੀ ਸੀ ਫਿਰ ਬੱਚੇ ਨੇ ਮਜ਼ਾ ਆਉਣਾ ਸੀ ਬਹਰਲ ਅੱਛੀ ਚੀਜ਼ ਹੈ ਮਜ਼ਾ ਆ ਰਿਹਾ ਖਾਣ ਦਾ ਫਰੂਟ ਕੇਕ ਮੈਂ ਖਾਧਾ ਨਾ ਇੰਨਾ ਕੁ ਮਜ਼ਾ ਆਇਆ ਜੇ ਕਿ ਉੱਤੋਂ ਕੋਈ ਚੀਜ਼ ਜਿਹੜੀ ਹੋਣੀ ਚਾਹੀਦੀ ਸੀ ਨਾ ਉਹ ਸੀ ਗਰਮਾ ਗਰਮ ਚਾਏ ਇਹਦੇ ਜਨਾਬ ਬੋਲੀ ਟੈਪ ਹੈਗਾ ਜਿਵੇਂ ਉਹ ਸਾਡਾ ਬੋਲੀ ਨਹੀਂ ਹੁੰਦੀ ਮੱਝਾਂ ਦੀ ਜਾਂ ਬੱਚਾ ਪੈਦਾ ਹੁੰਦਾ ਮੱਝਾਂ ਦੁੱਧ ਪਹਿਲਾਂ ਜਿੰਦਾ ਹੁੰਦਾ ਉਹਦੀ ਬੋਲੀ ਬਣਦੀ ਇਹ ਉਸ ਟੈਪ ਲੱਗ ਰਿਹਾ 5 ਦਸੰਬਰ 'ਤੇ ਇਹੋ ਜਿਹੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਅਤੇ ਬੰਦਾ ਖੁਸ਼ੀ ਨਾਲ ਜੱਪੀ ਪਾ ਕੇ ਹਰ ਕਿਸੇ ਨੂੰ ਉਹ ਦਿਨ ਮਿਲਦਾ ਚਲੋ ਕੰਮ ਚਲਾ ਲੈਂਦੇ ਹਾਂ
बड़ी गल है जी। तो इन लगता जिस तरह वो केलिया का नहीं होता जी मिल्क शेक, वह भी इंज का ही बनता जी। अगर कमजोर बंदा खावे ना तो फिर ताकतवर हो जाए। बहुत अच्छी जी, क्या बात है जी। मेरे वालों तुहानू पहले ही क्रिसमस मुबारक होवे ढेर सारी। मैं देख लो असीं तुहाडियां खुशियां मना रहे। ठीक है जी, तुसीं हुण सानूं इजाजत देवो, तुसीं सानूं चैनल नूं साडे सबसक्राइब करो, बैल आइकन दबाओ, दोस्तां नूं शेयर करो। अल्लाह हाफिज़।